ਸੀ ਆਈ ਜੀ ਇੱਥੇ 12 ਵਜੇ ਆਇਆ 9 ਵਜੇ ਦਾ ਟਾਈਮ ਹੁੰਦਾ ਪੁਲਿਸ ਦਾ ਦਫ਼ਤਰ ਆਉਣ ਦਾ ਸਵੇਰ ਦੇ ਲੋਕ ਆ ਕੇ ਸਵੇਰ ਦੇ ਆਈ ਜੀ ਦਫ਼ਤਰ ਦੇ ਬਾਹਰ ਬੈਠੇ ਆ ਔਰ ਦੁਖੀ ਆ ਬੱਚੇ ਬੁੱਢੇ ਔਰਤਾਂ ਸਾਰੀਆਂ ਬਾਹਰ ਬੈਠੀਆਂ ਇਹ ਚੁੱਪ ਚਾਪ ਇਸ ਏਸੀ ਕਮਰੇ ਦੇ ਵਿੱਚ ਇਹ ਐਸ਼ ਪ੍ਰਸਤੀ ਕਰ ਰਿਹਾ ਕੋਈ ਕੰਮ ਨਹੀਂ ਔਰ ਇੱਕ MLA ਅੰਦਰ ਬਿਠਾਇਆ ਆ ਔਰ MLA ਵੀ BJP ਦਾ ਉਹਨੂੰ ਅੰਦਰ ਬਿਠਾਇਆ ਆ ਇਹਨੇ ਔਰ ਪਬਲਿਕ ਨੂੰ ਬਿਲਕੁਲ ਇੱਕ ਵੀ ਬੰਦਾ ਪਬਲਿਕ ਦਾ ਅਜੇ ਤੱਕ ਨਹੀਂ ਇਹ ਮਿਲਿਆ ਇਸ ਕਰਕੇ ਅਸੀਂ DGP ਨੂੰ ਮਿਲਾਂਗੇ ਇਹਦੇ ਖਿਲਾਫ਼ ਮਿਲਾਂਗੇ ਔਰ ਸਾਰੀ ਪਬਲਿਕ ਜਿਹੜੀ ਆ ਇਹਨੇ ਦੁਖੀ ਕੀਤੀ ਹੋਈ ਆ ਇਹਦੀਆਂ ਸ਼ਿਕਾਇਤਾਂ ਸਾਨੂੰ ਪਹਿਲਾਂ ਵੀ ਆਉਂਦੀਆਂ ਸੀ ਅੱਜ ਅਸੀਂ ਉਹਨੂੰ ਹਕੀਕਤ ਦੇਖ ਲਿਆ ਅਸੀਂ ਜਿਨ੍ਹਾਂ ਮਾਮਲਿਆਂ 'ਚ ਆਏ ਸੀ ਉਹ ਮਾਮਲਾ ਅਸੀਂ ਇਹਦੇ ਨਾਲ ਡਿਸਕਸ ਕਰਨਾ ਸੀ ਹੁਣ DGP ਨੂੰ ਮਿਲ ਕੇ ਡਿਸਕਸ ਕਰਾਂਗੇ ਤੁਹਾਡਾ ਧੰਨਵਾਦ ਅੱਜ ਅਸੀਂ IG ਜਲੰਧਰ ਨੂੰ ਜਿਹੜਾ ਨਕੋਦਰ ਥਾਣੇ 'ਚ ਇੱਕ ਮਾਮਲਾ ਦੋਹਰਾ ਕਤਲ ਹੋਇਆ ਵਾਲਮੀਕ ਸਮਾਜ ਦੇ ਦੋ ਸਾਥੀਆਂ ਦਾ ਉਹਦੇ ਸੰਬੰਧ 'ਚ ਲੋਕਲ ਪੁਲਿਸ ਕੁਤਾਹੀ ਕਰ ਰਹੀ ਆ ਅਸੀਂ IG ਦੇ ਧਿਆਨ 'ਚ ਲਿਆਉਣਾ ਚਾਹੁੰਦੇ ਸੀ ਮਾਮਲਾ ਲੇਕਿਨ 2 ਘੰਟੇ ਤੋਂ ਵੇਟ ਕਰ ਰਹੇ ਹਾਂ ਔਰ ਸਾਡੇ ਨਾਲ ਬਹੁਜਨ ਮੁਕਤੀ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਭਾਰਤ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਔਰ ਗੜਸ਼ੰਕਰ ਤੋਂ 2 ਵਾਰ MLA ਰਹੇ ਸ਼ਿੰਗਾਰਾ ਰਾਮ ਸੁੰਗੜਾ ਔਰ ਸਮੁੱਚੀ ਟੀਮ ਜਿਹਨੂੰ ਬਿਲਕੁਲ ਇਗਨੋਰ ਕੀਤਾ ਔਰ ਸਾਨੂੰ ਨਹੀਂ ਸਾਤੋਂ ਪਹਿਲਾਂ ਕਾਫੀ ਪਬਲਿਕ ਜਿਹੜੀ ਹੈ ਉਹ ਹਰਾਸ ਹੋ ਰਹੀ ਹੈ ਇਸ ਕਰਕੇ ਅਸੀਂ ਫੈਸਲਾ ਲਿਆ ਕਿ ਹੁਣ ਇਹ ਤੋਂ ਬਾਅਦ ਅਸੀਂ DGP ਸਾਹਿਬ ਨੂੰ IG ਦੀ ਕਰਤੂਤ ਤੋਂ ਵੀ ਜਾਣੂ ਕਰਾਵਾਂਗੇ ਔਰ ਲੋਕਲ ਸਮੱਸਿਆਵਾਂ ਤੋਂ ਵੀ ਜਾਣੂ ਕਰਾਵਾਂਗੇ ਧੰਨਵਾਦ ਜੀ ਅੱਜ ਅਸੀਂ ਆਪਣੀ ਸਾਰੀ ਟੀਮ ਦੇ ਨਾਲ IG ਜਲੰਧਰ ਰੇਂਜ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ ਔਰ ਜਿਹੜਾ ਮੇਨ ਇਸ਼ੂ ਸੀ ਉਹ ਨਕੋਦਰ ਵਿੱਚ ਥਾਣੇ ਦੇ ਵਿੱਚ ਪੈਂਦੇ ਪਿੰਡ ਤਲਵੰਡੀ ਸੇਮ ਦੇ ਵਿੱਚ ਸਲੇਮ ਦੇ ਵਿੱਚ ਜਿਹੜਾ ਦੋਹਰਾ ਕਤਲ ਹੋਇਆ ਔਰ ਜਿਹੜਾ ਇੰਨਾ ਹੀਨੀਅਸ ਕ੍ਰਾਈਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਬੜੀ ਮਤਲਬ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਪਿਓ ਪੁੱਟ ਦਾ ਕਤਲ ਕੀਤਾ ਗਿਆ ਕਿ ਜਿੱਦਾਂ ਮੁਰਦਾ ਪਸ਼ੂ ਨੂੰ ਵੀ ਇਸ ਤਰ੍ਹਾਂ ਕੋਹਿਆ ਨਹੀਂ ਜਾਂਦਾ ਇਸ ਤਰ੍ਹਾਂ ਕੱਟਿਆ ਨਹੀਂ ਜਾਂਦਾ ਜਿਸ ਤਰ੍ਹਾਂ ਉਸ ਉਹਨਾਂ ਦੀ ਪਿਓ ਪੁੱਟ ਦੀ ਜਿਹੜੀ ਆ ਹੱਤਿਆ ਕੀਤੀ ਗਈ ਔਰ ਅਸੀਂ 4 ਦਿਨ ਪਹਿਲਾਂ ਅਸੀਂ ਤਲਵੰਡੀ ਸਲੇਮ ਦਾ ਦੌਰਾ ਕੀਤਾ ਔਰ ਅਸੀਂ ਪਰਿਵਾਰ ਨੂੰ ਮਿਲੇ ਨਗਰ ਦੇ ਉਹਨਾਂ ਸਾਰੇ ਲੋਕਾਂ ਨੂੰ ਮਿਲੇ ਔਰ ਉਹਨਾਂ ਨੇ ਸਾਨੂੰ ਆਪਣਾ ਦੁੱਖ ਦੱਸਿਆ ਕਿ ਕਤਲ ਤਾਂ ਹੋਏ ਹੀ ਹੋਏ ਆ ਪਰ ਜਿਹੜੇ ਜਾਤੀਵਾਦੀ ਲੋਕਾਂ ਨੇ ਕਤਲ ਕੀਤਾ ਔਰ ਜਿਹੜੇ ਪਿੰਡ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਰਬੱਤ ਦੇ ਭਲੇ ਦੇ ਠੇਕੇਦਾਰ ਕਹਾਉਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਠੇਕੇਦਾਰ ਕਹਾਉਂਦੇ ਆ ਔਰ ਨਾ ਤਾਂ ਉਹ ਕਿਸੇ ਦੇ ਉਹਨਾਂ ਦੇ ਸੰਸਕਾਰ ਦੇ ਉੱਤੇ ਆਇਆ ਕੋਈ ਨਾ ਉਹਨਾਂ ਦੇ ਵਿੱਚੋਂ ਕੋਈ ਉਹਨਾਂ ਦੇ ਅਫਸੋਸ ਦੇ ਉੱਤੇ ਆਇਆ ਨਾ ਉਹਨਾਂ ਦੇ ਕੋਈ ਭੋਗ ਦੇ ਉੱਤੇ ਆਇਆ ਔਰ ਉਲਟਾ ਜਿਹੜਾ ਮਦੇਈ ਜਿਹੜੇ ਸੱਜਣ ਹੈ ਜਿਨ੍ਹਾਂ ਦੇ ਵੱਲੋਂ ਮਤਲਬ ਜਿਹੜੀ FIR ਲੌਜ ਹੋਈ ਆ ਔਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ IG ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ ਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਵੀ ਜਿਹੜੀ ਆ ਲੋਕਲ ਪੁਲਿਸ ਜਿਹੜੀ ਆ ਉਹ ਇਨਸਾਫ਼ ਨਹੀਂ ਕਰ ਰਹੀ ਔਰ ਜਿਹੜੇ ਲੱਗਦਾ ਆ ਵੀ ਵਿੱਚੋਂ ਜਿਹੜੇ ਦੋਸ਼ੀ ਜਿਹੜੇ ਆ ਉਹ ਛੱਡੇ ਜਾ ਸਕਦੇ ਆ ਔਰ ਉਹਨਾਂ ਦੇ ਜਿਹੜੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਤਾਂ ਕਿ ਉਹਨਾਂ ਦੀ ਪ੍ਰੋਟੈਕਸ਼ਨ ਹੋ ਸਕੇ ਉਹਦੇ ਸੰਬੰਧ ਵਿੱਚ ਅੱਜ IG ਨੂੰ ਮਿਲਣ ਦਾ ਜਿਹੜਾ ਸੀ ਉਹ ਅਸੀਂ ਇੱਥੇ ਆਏ ਸੀ ਲੇਕਿਨ ਸਵੇਰ ਤੋਂ ਪਬਲਿਕ ਜਿਹੜੀ ਆ ਬਾਹਰ ਬੈਠੀ ਹਰਾਸ਼ ਹੋ ਰਹੀ ਆ ਔਰ ਇੱਕ MLA ਅੰਦਰ BJP ਦਾ ਫਗਵਾੜੇ ਤੋਂ ਅੰਦਰ ਉਹ ਬੈਠਾ ਔਰ ਠੰਡੇ ਕਮਰੇ ਦੇ ਵਿੱਚ ਔਰ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਕਿ ਬਾਹਰ ਕੌਣ ਬੱਚੇ ਬੁੱਢੇ ਔਰਤਾਂ ਜਿਹੜੀਆਂ ਵਿਚਾਰੀਆਂ ਦੁਖੀ ਲੋਕ ਜਿਹੜੇ ਬਾਹਰ ਬੈਠੇ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਬੇਇਨਸਾਫੀ ਆ ਲੋਕਾਂ ਦੇ ਨਾਲ ਸੋ ਇਹਦੇ ਲਈ ਅਸੀਂ ਹਾਈ ਪੱਧਰ ਦੇ ਉੱਤੇ ਜਿਹੜਾ ਅਸੀਂ DGP ਲੈਵਲ ਦੇ ਉੱਤੇ ਇਸ ਮਸਲੇ ਨੂੰ ਅਸੀਂ ਉਹਨਾਂ ਦੇ ਸਾਹਮਣੇ ਰੱਖਾਂਗੇ ਸਾਰਿਆਂ ਦਾ ਧੰਨਵਾਦ।